ਸਤਿ ਸ੍ਰੀ ਅਕਾਲ ਭਾਈ ਜੀ। ਬਾਈ ਜੀ, ਅੱਜ ਇੱਕ ਮੈਂ ਫਿਰ ਤੁਹਾਡੇ ਸਾਹਮਣੇ ਇੱਕ ਵੀਡੀਓ ਲੈ ਕੇ ਪੇਸ਼ ਹੋਇਆ, ਤੇ ਵੀਡੀਓ ਮੇਰੀ ਵੀਰ ਜੀ ਕੋਈ ਐਵੇਂ ਚ ਐਵੇਂ ਨਹੀਂ ਹੁੰਦੀ। ਕਈ ਵੀਰ ਕਹਿੰਦੇ ਯਾਰ ਵੀ ਕਈ ਸੋਚਦੇ ਹੋਣੇ ਆ ਐਵੇਂ ਵੀਡੀਓ ਬਣਾਉਣ ਲੱਗ ਜਾਂਦਾ, ਪਰ ਮੇਰਾ ਵੀਰ ਉਹਨਾਂ ਨੂੰ ਬੇਨਤੀ ਆ ਹੱਥ ਬੰਨ ਕੇ ਕਿ ਮੈਂ ਤੁਹਾਡੇ ਮਾਰਾ ਹੀ ਬੋਲਦਾ ਤੇ ਤੁਹਾਡੇ ਹੱਕਾਂ ਤੇ ਬੋਲਦਾ। ਇਹੀ ਵੀਡੀਓ ਜੇ ਤੁਹਾਨੂੰ ਇੰਨਾ ਹੀ ਲੱਗਦਾ ਵੀਡੀਓ ਮੈਂ ਐਵੇਂ ਬਣਾਉਂਦਾ, ਤੁਸੀਂ ਇੱਕ ਕੈਮਰਾ ਲਓ ਜੇ ਐਵੇਂ ਜੇ ਮੈਂ ਬੈਠਾ ਲਾਈਵ ਹੋ ਕੇ, ਤੁਸੀਂ ਇੱਕ ਲਾਈਵ ਹੋ ਕੇ ਇਹੀ ਗੱਲਾਂ ਕਰੋ ਜੀ ਜਿਹੜੀਆਂ ਚਾਰ ਆਪਾਂ ਕਹਿਣੀਆਂ ਮੰਤਰੀ ਸਾਹਿਬਾਂ ਨੂੰ। ਅੱਛਾ ਮੰਤਰੀ ਸਾਹਿਬ, ਤੁਹਾਡੇ ਸਾਹਮਣੇ ਅੱਜ ਇੱਕ ਸਾਡੀ ਫਰਿਆਦ ਹੈ। ਅੱਜ ਮੈਂ ਤੁਹਾਨੂੰ ਬੜੇ ਤਰੀਕੇ ਨਾਲ ਕਹਿ ਜਾ ਰਿਹਾ ਵੀ ਜਦੋਂ ਤੁਸੀਂ ਆਉਂਦੇ ਆ ਕੋਈ ਪਿੰਡ ਆਉਂਦੇ ਹੋ, ਤੁਸੀਂ ਇੱਕੋ ਗੱਲ ਕਹਿੰਦੇ ਆ ਜਦੋਂ ਅਸੀਂ ਬਣ ਕੇ ਕਿਸਾਨਾਂ ਦੇ ਕਰਜ਼ੇ ਮਾਫ, ਜਦੋਂ ਅਸੀਂ ਬਣ ਕੇ ਕਿਸਾਨਾਂ ਦੇ ਕਰਜ਼ੇ ਮਾਫ ਤੇ ਜਦੋਂ ਅਸੀਂ ਬਣਾਂਗੇ ਤਾਂ ਸਾਰੇ ਕਰਜ਼ੇ ਵੀ ਮਾਫ ਹੋਣਗੇ। ਬਸ ਇੱਕੋ ਤੁਸੀਂ ਗੱਲ ਤਿੰਨ ਵਾਰੀ ਕਹਿ ਜਾਂਦੇ, ਤੁਸੀਂ ਸਿਰਫ ਸਾਨੂੰ ਸੁਣਾਉਣ ਆਉਂਦੇ ਹੋ, ਸੁਣ ਨਹੀਂ ਆਉਂਦੇ। ਕਦੇ ਤੁਸੀਂ ਆ ਗਏ ਪਿੰਡ ਚ ਪੁੱਛਿਆ ਮੰਤਰੀ ਸਾਹਿਬ, ਤੁਹਾਨੂੰ ਮੈਂ ਤਿੰਨਾਂ ਨੂੰ ਕਹਿ ਰਿਹਾ ਜਿਹੜੇ ਵੀ ਤੁਸੀਂ ਆਉਂਦੇ ਹੋ ਮੰਤਰੀ, ਜਿਵੇਂ ਆਪਣੇ ਮੁੱਖ ਮੰਤਰੀ ਬਣਦੇ ਹੋ, ਪ੍ਰਧਾਨ ਮੰਤਰੀ ਨੂੰ ਵੀ, ਜਦੋਂ ਤੁਸੀਂ ਪਿੰਡਾਂ ਚ ਆਉਂਦੇ ਹੋ ਕਦੇ ਤੁਸੀਂ ਐ ਪੁੱਛਿਆ ਵੀ ਕਿਹੜਾ ਮੁੰਡਾ ਕਿੰਨੀਆਂ ਪੜਿਆ? ਸਾਡੇ ਪਿੰਡ ਇਹੋ ਜਿਹੇ ਬੰਦੇ ਆ ਜਿਹੜੇ ਦੋ ਤਿੰਨ ਬੰਦਿਆਂ ਨੇ PhD ਕੀਤੀ ਆ, ਉਹ ਵਿਚਾਰੇ ਦੁਕਾਨਾਂ ਤੇ ਬਹਿੰਦੇ ਆ। ਕਿਉਂ ਬਹਿੰਦੇ ਆ ਤੁਸੀਂ ਪੁੱਛੋ ਆ ਸਮੇਂ। ਤੁਹਾਡੇ ਜਿਹੜੇ ਜਵਾਕ ਆ ਮੰਤਰੀ ਸਾਹਿਬ, ਮੈਂ ਤੁਹਾਨੂੰ ਕਹਿ ਰਿਹਾ, ਤੁਹਾਡੇ ਜਿਹੜੇ ਜਵਾਕ ਆ ਉਹ ਬਾਹਰਲੇ ਦੇਸ਼ਾਂ ਚ ਪੜ੍ਹਦੇ ਆ, ਫਿਰ ਤੁਸੀਂ ਇੱਕੋ ਗੱਲ ਕਹਿੰਦੇ ਅਸੀਂ ਚਾਹ ਵੇਚਦੇ ਸੀਗੇ। ਇਹ ਚਾਹ ਤੁਸੀਂ ਵੇਚਦੇ ਸੀਗੇ ਸਾਨੂੰ, ਉਹ ਟਾਈਮ ਦੱਸੋ ਜਿਹੜੇ ਟਾਈਮ ਤੁਸੀਂ ਚਾਹ ਵੇਚਦੇ ਸੀਗੇ। ਚਾਹ ਵੇਚਦਾ ਤੁਹਾਡਾ ਰਿਸ਼ਤੇਦਾਰ ਹੁੰਦਾ, ਤੁਸੀਂ ਜਾ ਕੇ ਬਸ ਬਹਿ ਜਾਂਦੇ ਹੋ, ਉੱਥੇ ਚਾਰ ਕਿਤਾਬਾਂ ਪੜ੍ਹਦੇ ਹੋ ਤਾਂ ਤੁਸੀਂ ਫਿਰ ਮੰਤਰੀ ਬਣ ਜਾਂਦੇ ਹੋ। ਫਿਰ ਤੁਸੀਂ ਕਹਿੰਦੇ ਅਸੀਂ ਚਾਹ ਵੇਚਦੇ ਸੀ, ਚਾਰ ਲੈਣਾ ਕੁਝ ਕਹਿੰਦੇ ਆ ਚਾਹ ਤੇ। ਕਹਿੰਦਾ ਮੁੰਡਾ ਵੇਚਦਾ ਇੱਕ ਚਾਹ ਨੀ, ਫਿਰ ਜਾ ਕੇ ਸਾਰਿਆਂ ਦੇ ਡੇਰੇ ਆਇਆ ਨੀ, ਜੋ ਸਾਰਿਆਂ ਡੇਰੇ ਜਾ ਕੇ ਬੈਠਾ ਉੱਥੋਂ ਸਿੱਖ ਕੇ ਭਾਸ਼ਣ ਨੇਤਾ ਬਾਜੀ ਦੇ ਨੀ। ਇੱਕ ਗੱਲ ਤੈਨੂੰ ਕਹਿਣ ਲੱਗਿਆ, ਇੱਕ ਮੰਤਰੀ ਲੱਭੋ ਤੁਸੀਂ, ਆਪਣਾ ਪ੍ਰਧਾਨ ਮੰਤਰੀ ਲੱਭੋ ਤੁਸੀਂ, ਹੋਰ ਚੌਂਕੀਦਾਰ ਤਾਂ ਸੌਣ ਲੱਗਿਆ। ਚੌਂਕੀਦਾਰ ਸਾਹਿਬ ਤੁਸੀਂ ਵੀ ਸੌ ਜਾਂਦੇ ਹੋ, ਤੁਸੀਂ ਵੇਖੋ ਜਿਹੜੇ ਆਪਣੇ ਇੰਨੇ ਨੌਜਵਾਨ ਬੈਠੇ ਹੋ ਕੀ ਕਰਨਗੇ? ਪੜ੍ਹੇ ਲਿਖੇ ਬੇਰੁਜ਼ਗਾਰ ਹੋਏ ਫਿਰਦੇ ਆ। ਤੁਸੀਂ ਕਹਿੰਦੇ ਅਸੀਂ 3500 ਰੁਪਇਆ, ਅਸੀਂ 2500-2500 ਰੁਪਇਆ ਦੇਵਾਂਗੇ। ਕੈਪਟਨ ਸਾਹਿਬ ਮੈਂ ਤੁਹਾਨੂੰ ਕਹਿੰਦਾ, ਤੁਸੀਂ ਕਹਿੰਦੇ ਸੀ ਵੀ ਅਸੀਂ 2500-2500 ਰੁਪਇਆ ਪੱਤਾ ਦੇਵਾਂਗੇ, ਅੱਜ ਤੁਹਾਨੂੰ 2 ਸਾਲਾਂ ਦੇ ਉੱਤੇ ਹੋ ਗਏ, ਤੁਸੀਂ 60-60 ਹਜ਼ਾਰ ਰੁਪਇਆ ਪਵਾਓ ਗਰੀਬਾਂ ਦੇ ਖਾਤੇ ਚ ਜਿਹੜੇ ਬੇਰੁਜ਼ਗਾਰ ਫਿਰਦੇ ਆ। ਵਾਅਦੇ ਕਰ, ਤੁਸੀਂ ਕਹਿੰਦੇ ਸੀ ਅਸੀਂ ਐ ਕਰਾਂਗੇ, ਅਸੀਂ ਯੋਂ ਕਰਾਂਗੇ, ਅੱਜ ਦੱਸੋ ਵਾਅਦੇ ਕਿੱਥੇ ਆ? ਸਾਨੂੰ ਜਵਾਬ ਚਾਹੀਦਾ ਵਾਅਦਿਆਂ ਦਾ। ਹਰ ਵਾਰੀ ਤੁਸੀਂ ਕਿਸਾਨਾਂ ਦੇ ਕਰਜ਼ੇ ਮਾਫ ਕਰਦੇ ਹੋ, ਉਹ ਕਦੇ ਤੁਸੀਂ ਉਹਨਾਂ ਬਾਰੇ ਸੋਚਿਆ ਜਿਹੜੇ ਵਿਚਾਰੇ ਘੜੂਕਿਆਂ ਤੇ ਸਬਜ਼ੀ ਵੇਚ ਵੇਚ ਕੇ ਜਵਾਕ ਵੀ ਵਿਚਾਰੇ ਪੜ੍ਹਾਉਂਦੇ ਆ, ਪੜ੍ਹਾ ਕੇ ਮਸਾਂ ਪਤਾ ਨੀ ਕਿਵੇਂ ਪੜ੍ਹਾਉਂਦੇ ਆ, ਉਹ ਵੀ ਵਿਚਾਰੇ ਫਿਰ ਸਬਜ਼ੀਆਂ ਵੇਚਦੇ ਆ ਪੜ੍ਹ ਪੜ੍ਹ ਕੇ। ਬੜੀ ਦੁੱਖ ਕਰਨਾ ਬੀਤਦੀ ਹੈ ਪੰਜਾਬ ਦੇ ਵਿੱਚ, ਕਿਉਂ ਪੰਜਾਬ ਦੇ ਨੌਜਵਾਨ ਆ ਜਿਹੜੇ ਉਹ ਬਾਹਰਲੇ ਦੇਸ਼ ਜਾਂਦੇ ਆ। ਵੀਡੀਓ ਮੈਂ ਫਿਰ ਘੱਟ ਬਣਾਉਣੀ ਹੈ ਕਿਉਂਕਿ ਮੈਂ ਅਗਲੀ ਵੀਡੀਓ ਚ ਗੱਲਾਂ ਕਹਿਣੀਆਂ। ਕਿਉਂ ਆਪਣੇ ਨੌਜਵਾਨ ਪੜ੍ਹ ਕੇ ਬਾਹਰਲੇ ਦੇਸ਼ਾਂ ਚ ਜਾਂਦੇ ਆ? ਮੈਨੂੰ ਕੈਪਟਨ ਸਾਹਿਬ ਜਵਾਬ ਚਾਹੀਦਾ ਇਸ ਗੱਲ ਦਾ। ਤੁਸੀਂ ਮੁੱਖ ਮੰਤਰੀ ਹੋ, ਅਸੀਂ ਤੁਹਾਨੂੰ ਬਾਪ ਦੇ ਅਹੁਦੇ ਤੇ ਬਿਠਾਉਂਦੇ ਆ। ਸਾਰੇ 1300 ਲਗਭਗ ਪਿੰਡ ਆਪਣੇ, 13000 ਪੰਜਾਬ ਦੇ ਵਿੱਚ, ਅਸੀਂ ਤੁਹਾਨੂੰ ਸਾਰੇ ਹੀ ਆਪਦਾ ਜਿਹੜਾ ਆਪਣੀ 1 ਕਰੋੜ ਆਬਾਦੀ ਆ ਪੰਜਾਬ ਦੇ ਵਿੱਚ ਲਗਭਗ, ਅਸੀਂ ਤੁਹਾਨੂੰ ਆਪਦਾ ਬਾਪ ਬਣਾਉਂਦੇ ਆ ਹਰ ਮੁੱਖ ਮੰਤਰੀ ਨੂੰ, ਤੇ ਤੁਸੀਂ ਸਾਡੇ ਨਾਲ ਕੀ ਕਰਦੇ ਹੋ? ਸਾਡੇ ਨਾਲ ਵਾਅਦੇ ਕਰਕੇ ਮੁੱਕਰਦੇ ਹੋ? ਕਿਹੜੀ ਗੱਲ ਤੋਂ? ਅਸੀਂ ਤੁਹਾਡਾ ਕੀ ਵਿਗਾੜਿਆ? ਅਸੀਂ ਤੁਹਾਨੂੰ ਆਪਦੇ ਸਿਰ ਤੇ ਬਿਠਾਉਂਦੇ ਆ, ਤੁਸੀਂ ਸਾਨੂੰ ਨਾਲੀ ਦੇ ਕੰਢੇ ਤੇ ਬਿਠਾ ਦਿੰਦੇ ਆ, ਕਿਸ ਗੱਲ ਤੋਂ? ਸਾਨੂੰ ਇਸ ਗੱਲ ਦੇ ਜਵਾਬ ਚਾਹੀਦੇ ਆ। ਕਿਉਂ ਲੋਕੀ BA ਕੀਤੀਆਂ ਵਾਲੇ ਕੰਮ ਸਿੱਖ ਸਿੱਖ ਕੇ ਮੋਟਰਸਾਈਕਲਾਂ ਦੇ ਕੰਮ ਕਰਦੇ ਆ? ਕਿਉਂ ਲੋਕੀ PhD ਕੀਤੀਆਂ ਵਾਲੇ ਦੁਕਾਨਾਂ ਤੇ ਬੈਂਦੇ ਆ? ਤੇ ਕਿਉਂ 12 ਪੜੀਆਂ ਵਾਲੇ ਸਿਪਾਰਸ਼ਾਂ ਦੇ ਨੌਕਰੀਆਂ ਲੱਗਦੇ ਆ? ਸਾਨੂੰ ਜਵਾਬ ਚਾਹੀਦਾ। ਤੁਸੀਂ ਨਹੀਂ ਕਰਾਉਂਦੇ, ਤੁਹਾਡੇ ਕਰਿੰਦੇ ਕਰਾਉਂਦੇ ਆ। ਕਰਿੰਦੇ ਤੁਹਾਡੇ ਕਿਵੇਂ ਕਰਾਉਂਦੇ ਆ? 8 ਲੱਖ ਰੁਪਇਆ ਕੰਨ ਦੀ ਮੈਲ, ਕਹਿੰਦੇ ਕੰਨ ਦੀ ਮੈਲ ਹੈਗੀ ਆ, ਅਸੀਂ ਨੌਕਰੀ ਤੇ ਰੱਖਾ ਦਾਂਗੇ। ਉਹਨਾਂ ਦੇ 2 ਕਿੱਲੇ ਹੁੰਦੇ ਆ, 100-100 ਕਿੱਲੇ ਬਣਦੇ ਆ, ਉਹ ਨੌਕਰੀਆਂ ਤੇ ਲੱਗਦੇ ਆ। ਤੇ ਜਿਹੜੇ ਸਾਡੇ ਗਰੀਬ, ਉਹ ਵੀ ਗਰੀਬੀ ਆਉਂਦੇ ਆ ਮੇਰੇ ਭਾਈ, ਜਿਹੜੇ ਵਿਚਾਰੇ ਘੜੁਕਿਆਂ ਤੇ ਸਬਜ਼ੀ ਵੇਚ ਕੇ ਸਪਰੇਆਂ ਦੀਆਂ ਦੁਕਾਨਾਂ ਤੇ ਬੈਠ ਕੇ ਅੱਧੀਆਂ ਬਿਮਾਰੀਆਂ ਲਾ ਕੇ ਜਵਾਕ ਪੜ੍ਹਾਉਂਦੇ ਆ ਤੇ ਨੌਕਰੀਆਂ ਤੇ ਲੱਗਦੇ ਨੀ।
क्यों साड़ी सरकार है करी जांदी आ, क्यों सुती पई है। चौकीदार साहब तुसी कहने सी चौकीदार साहब मैं चौकीदार हूं इंडिया का, तो फिर चौकीदार क्यों नींदा ले रहे हैं। चौकीदार साहब कोई गल गुस्से वाली नहीं मेरे वीरियो, ये गल्लां दे जवाब चाहिए आ, कोई मैं नशा नहीं करता किसी चीज का भी, एक सच मुंह बोलता। जिस किसे मेरे भाई नू लगता भी एवं बोली आता, वो पहला कैमरा रखे सामने फिर गल करे फिर दसे विश्व दी झूठ बोलता है। साडे इन्ने नौजवान वीर वो नहीं मरते, वो दिहाड़ी लगते है, जदों जवाक चले होंगे आ जेड़े नौकरियां लगे होंगे आता कहते आ पापा सानू आ चीज चाहिए नौकरी लगे वाला दिंदा। जेड़े बेचारे बेरोजगार बी ए किटियां होंगे आ किस गल तो मर जाते, सानू जवाब चाहिए जी, सानू जवाब चाहिए।